ਦੋਸਤੋ, ਮੈਂ ਇਸ ਟਾਈਮ ਗੁਰਦੁਆਰੇ ਤੋਂ ਬਾਹਰ ਨਿਕਲਿਆ ਹਾਂ ਔਰ ਮੈਂ ਜਾ ਰਹੀ ਹਾਂ ਚਾਹ ਪੀਣ, ਅਤੇ ਅੱਗੇ ਮੈਨੂੰ 3 ਜਵਾਨ ਮਿਲੇ ਹਨ ਅਤੇ ਇੱਕੋ ਰੰਗ ਦੀਆਂ ਪੱਗਾਂ ਅਤੇ ਇੱਕੋ ਹੀ ਰੰਗ ਅਤੇ ਇੱਕੋ ਹੀ ਤਰ੍ਹਾਂ ਦੀਆਂ ਗੱਲਾਂ। ਮੈਂ ਲੰਘ ਰਿਹਾ ਸੀ ਅਤੇ ਮੈਂ ਕਹਿੰਦਾ ਜੀ ਇਹਨਾਂ ਨੂੰ ਤਾਂ ਫੜ ਲੈਣਾ ਚਾਹੀਦਾ, ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ। ਸੋ ਇਹ ਫੜੇ ਗਏ ਹਨ ਜੀ, ਇਹਨਾਂ ਨਾਲ ਗੱਲਬਾਤ ਕਰਨੇ ਆ। ਕੀ ਹਾਲ ਹੈ ਵੀਰ ਜੀ? ਬਹੁਤ ਵਧੀਆ ਜੀ। ਅਤੇ ਕੀ ਨਾਂ ਹੈ ਤੁਹਾਡਾ? ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਂ ਹੈ ਆਪ ਜੀ? ਮੇਰਾ ਨਾਮ ਹੈ ਜੀ ਗਗਨਦੀਪ ਸਿੰਘ। ਗਗਨਦੀਪ ਸਿੰਘ, ਤੁਹਾਡਾ ਜੀ? ਹਰਪ੍ਰੀਤ ਸਿੰਘ ਜੀ। ਤੁਹਾਡਾ ਭਾਜੀ? ਗੁਰਪ੍ਰੀਤ ਸਿੰਘ। ਗੁਰਪ੍ਰੀਤ, ਬੜਾ ਗੁਰਪ੍ਰੀਤ, ਬੜਾ ਸੋਹਣਾ ਨਾਮ ਜੀ ਗੁਰਪ੍ਰੀਤ। ਅਤੇ ਕਿਵੇਂ ਦਾ ਲੱਗਿਆ? ਬਹੁਤ ਵਧੀਆ ਲੱਗਿਆ ਜੀ। ਮਨ ਐਸਾ ਖੁਸ਼ ਹੋਇਆ ਕਿ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਜੋ ਇੰਤਜ਼ਾਮ ਇੱਥੇ ਕੀਤੇ ਗਏ ਨੇ। ਪਹਿਲਾਂ ਤਾਂ ਸਾਡੀ ਸੋਚ ਹੀ ਨਹੀਂ ਸੀ ਕਿ ਅਸੀਂ ਬਾਬੇ ਨਾਨਕ ਦੇ ਚਰਨਾਂ ਜਾ ਕੇ ਮੱਥਾ ਟੇਕ ਸਕਦੇ ਹਾਂ ਇੱਥੇ, ਪਰ ਜੋ ਤੁਹਾਡੇ ਇੱਧਰ ਗੌਰਮੈਂਟ ਨੇ ਕਰ ਦਿਖਾਇਆ ਹੈ ਸਿੱਖਾਂ ਲਈ, ਤੁਹਾਡਾ ਬਹੁਤ ਬਹੁਤ ਅਹਿਸਾਨ ਹੈ ਸਾਡੇ 'ਤੇ। ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ, ਅਸੀਂ ਧੰਨ ਧੰਨ ਹੋ ਗਏ ਹਾਂ। ਬਹੁਤ ਬਹੁਤ ਵਧੀਆ ਲੱਗਿਆ ਜੀ। ਤੁਸੀਂ ਬਾਗਾਂ ਵਾਲੇ ਹੋ, ਤੁਹਾਨੂੰ ਛੋਟੀ ਉਮਰ ਵਿੱਚ ਹੀ ਜਿਹੜੇ ਵੱਡੇ ਤੁਹਾਡੇ ਤਰਸਦੇ ਰਹੇ ਅਤੇ ਤੁਹਾਨੂੰ ਇਹ ਦਰਸ਼ਨ ਨਸੀਬ ਹੋਏ ਗੁਰਦੁਆਰੇ ਦੇ, ਅਤੇ ਤੁਸੀਂ ਭਾਅ ਜੀ ਇਸ ਕੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਹੋ? ਬਹੁਤ ਵਧੀਆ ਜੀ, ਬੜਾ ਸੋਹਣਾ ਇੰਤਜ਼ਾਮ ਕੀਤਾ ਹੋਇਆ, ਆਉਂਦਿਆਂ ਨੂੰ ਬੜਾ ਪਿਆਰ ਮੁਹੱਬਤ ਨਾਲ ਸਾਰੇ ਮਿਲ ਰਹੇ ਨੇ, ਆਉਂਦਿਆਂ ਜੱਫੀਆਂ ਪੈ ਰਹੀਆਂ ਸਾਨੂੰ, ਅੰਜ ਰਾਜ ਸਾਡੇ ਆਪਣੇ ਰਿਸ਼ਤੇਦਾਰ ਹੀ ਹੁੰਦੇ ਨੇ ਸਾਰੇ। ਹਾਂ ਹਾਂ, ਅਤੇ ਰਿਸ਼ਤੇਦਾਰ ਤਾਂ ਕੋਈ ਕਿਤੋਂ ਪਿੱਛੇ ਜਾਂ ਤਾਂ ਲੱਭੀਏ ਤਾਂ ਕੋਈ ਲੱਭ ਹੀ ਜਾਣਾ ਹੈ ਰਿਸ਼ਤੇਦਾਰੀ, ਕਿਉਂਕਿ ਉਹਦੇ ਵਿੱਚ ਮਜ਼ਹਬ ਬੇਸ਼ੱਕ ਜਾਂ ਧਰਮ ਆਪਣਾ ਆਪਣਾ, ਲੇਕਿਨ ਉਹਦੇ ਵਿੱਚ ਜਿਹੜੇ ਪੰਜਾਬ ਪੰਜਾਬੀਅਤ ਨਾਲ ਜੁੜੇ ਲੋਕ ਹਨ ਉਹ ਕਿਤੇ ਪਿੱਛੇ ਤਾਂ ਜਾ ਕੇ ਸਾਰਾ ਇੱਕ ਹੀ ਨਿਕਲਦਾ। ਅਤੇ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਕੋਈ ਥੋੜ੍ਹਾ ਜਿਹਾ ਪ੍ਰੋਪੇਗੰਡਾ ਇੱਕ ਸਾਡਾ ਹੁੰਦਾ ਹੈ ਦੋਨੋਂ ਸਾਈਡਾਂ 'ਤੇ ਕਿ ਉਸ ਸਾਈਡ 'ਤੇ ਨਾ ਜਾਣਾ ਉਹ ਮਾਰ ਦੇਣਗੇ, ਉਹ ਕਹਿੰਦੇ ਨੇ ਕਿ ਉੱਧਰ ਨਾ ਜਾਣਾ ਉਹ ਮਾਰ ਦੇਣਗੇ, ਉਹ ਤਾਂ ਪੋਲੀਟੀਕਲੀ ਆਪਣੀ ਵੋਟਾਂ ਤੋਂ ਸਭ ਤਾਂ ਬਾਈ ਸਭ ਦਾ ਬਸ ਜਿਹੜੇ ਚੱਲਦੇ ਨੇ, ਅਦਰਵਾਈਜ਼ ਲੋਕ ਤਾਂ ਸਾਰੇ ਇੱਕ ਦੂਜੇ ਨਾਲ ਪਿਆਰ ਹੀ ਚਾਹੁੰਦੇ ਨੇ। ਇੱਥੇ ਵੀ ਵੇਖੋ ਅਸੀਂ ਆ ਰਹੇ ਹਾਂ, ਸਭ ਸਾਨੂੰ ਮਿਲ ਰਹੇ ਨੇ, ਅਸੀਂ ਵੀ ਉਹਨਾਂ ਨੂੰ ਮਿਲ ਰਹੇ ਹਾਂ, ਭੱਜ ਭੱਜ ਕੇ ਫੋਟੋਆਂ ਕਰਾ ਰਹੇ ਹਾਂ, ਸਾਰੇ ਕਰਾ ਰਹੇ ਹਾਂ, ਅਤੇ ਇਹ ਸਰ ਪੋਲੀਟਿਕਸ ਹੈ ਜੀ ਜਿਹੜੀ ਗੱਲ। ਅੱਛਾ ਗੁਰਪ੍ਰੀਤ ਬਾਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਬਾਜੀ ਕਿਵੇਂ ਵੇਖਦੇ ਹੋ ਸਾਰੇ ਇਸ ਬਣੇ ਨੂੰ ਜਿੱਥੇ ਆਈ ਤੁਸੀਂ ਆ ਕੇ, ਅਤੇ ਆਪਣਾ ਐਕਸਪੀਰੀਅੰਸ ਲੋਕਾਂ ਨੂੰ ਤੁਸੀਂ ਮਿਲੇ, ਬੜੀ ਜੱਫੀਆਂ ਪਾ ਰਹੇ ਸੀ, ਅਤੇ ਦੱਸੋ ਇੱਕ ਜੱਫੀ ਪਹਿਲੇ ਨਵਜੋਤ ਸਿੰਘ ਸਿੱਧੂ ਨੇ ਪਾਈ ਸੀ, ਉਸ ਜੱਫੀ ਨੇ ਬਹੁਤ ਸਾਰੇ ਕੰਮ ਕਰ ਦਿੱਤੇ, ਅਤੇ ਅੱਜ ਵੇਖ ਰਹੇ ਸੀ ਕਿ ਆਵਾਮੀ ਸਤਾ 'ਤੇ ਜਿਹੜੇ ਸਾਡੇ ਲੋਕ ਹਨ, ਆਪਸੀ ਜਿਹੜੀ ਸਾਂਝ ਹੈ, ਆਪਸੀ ਪਿਆਰ ਹੈ, ਉਹ ਵੀ ਬੜੀਆਂ ਜੱਫੀਆਂ ਪਾ ਰਹੇ ਹਨ, ਅਤੇ ਇਹ ਜਿਹੜਾ ਆਪਸੀ ਮੇਲ ਵਰਤਨ ਹੈ ਇਹ ਕੋਈ ਇਸ ਖਿੱਤੇ ਦਾ ਹੋਰ ਅਮਨ ਦੇ ਵਿੱਚ ਵਾਧਾ ਕਰੇਗਾ, ਕੋਈ ਬਿਹਤਰ ਹਾਲਾਤ ਕਰੇਗਾ? ਬਿਲਕੁਲ ਬਿਲਕੁਲ ਜੀ, ਅਸੀਂ ਚਾਹੁੰਦੇ ਹਾਂ ਵੀ ਦੋਨੋਂ ਪਾਸੇ ਪਿਆਰ ਮੁਹੱਬਤ ਬਣਿਆ ਰਹੇ। ਇੱਦਾਂ ਹੀ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਜੱਫੀ ਪਾਈ ਸੀ ਉਹਦਾ ਹੀ ਅਸਰ ਹੈ, ਪਰ ਕਰਾਇਆ ਬਾਬੇ ਨਾਨਕ ਨੇ। ਬਿਲਕੁਲ ਬਿਲਕੁਲ, ਅਸੀਂ ਕਹਿ ਸਕਦੇ ਹਾਂ ਜੀ। ਅਤੇ ਕੀ ਸੁਨੇਹਾ ਦਿਓਗੇ ਆਉਣ ਵਾਲੇ ਨੂੰ, ਜਿਹੜੇ ਪਿੱਛੇ ਕੋਈ ਹੋਰ ਆਉਣਾ ਚਾਹੁੰਦੇ ਰਹੋ, ਉਸ ਇਹਨਾਂ ਦੇ ਵਿੱਚ ਬੜੇ ਵਹਿਮ ਪਾਲ ਕੇ ਬੈਠੇ ਨੇ ਕਿ ਨਹੀਂ ਜਾਣਾ ਅਸੀਂ? ਤੁਹਾਡੇ ਮਾਧਿਅਮ ਰਾਹੀਂ ਕਿ ਜਿਹਨਾਂ ਦੇ ਮਨ 'ਚ ਵਹਿਮ ਹੈ, ਬਹੁਤ ਮੁਹੱਬਤ ਮਿਲਦੀ ਹੈ ਇੱਥੇ, ਵੱਧ ਤੋਂ ਵੱਧ ਸੰਗਤ ਇੱਥੇ ਆਵੇ, ਜ਼ਰੂਰ ਆਉਣਾ ਚਾਹੀਦਾ। ਪਾਸਪੋਰਟ ਦਾ ਵੀ ਕੰਮ ਖਤਮ ਕਰਕੇ, ਆਧਾਰ ਕਾਰਡ ਜਾਂ ਕਿਸੇ ਵੀ ਆਈਡੀ ਪਰੂਫ ਹਰੇਕ ਬੰਦੇ ਨੂੰ ਆਉਣਾ ਚਾਹੀਦਾ। ਪਾਸਪੋਰਟ ਦੀ ਵੀ ਸਾਡੀ ਸਰਕਾਰ ਖਤਮ ਕਰ ਦੇਵੇ, ਕਿਉਂਕਿ ਇੰਡੀਅਨ ਲੋਕ ਇੱਥੇ ਬਹੁਤ ਜ਼ਿਆਦਾ ਆਉਣਾ ਚਾਹੁੰਦੇ ਨੇ, ਜਿਹੜੇ ਪਿੰਡਾਂ ਦੇ ਵਿੱਚ ਨੇ ਉਹਨਾਂ ਦੇ ਮਨ 'ਚ ਐਸੀ ਸ਼ਰਧਾ, ਪੁੱਛੋ ਨਾ ਕੁਛ, ਪਰ ਉਹਨਾਂ ਕੋਲ ਪਾਸਪੋਰਟ ਨਹੀਂ ਹੈਗੇ ਜਾਂ ਪਾਸਪੋਰਟ ਬਣਾਉਣ ਲਈ ਉਹਨਾਂ ਕੋਲ ਸਾਧਨ ਨਹੀਂ ਹੈਗੇ, ਜਾਂ ਕੁਛ ਵੀ ਕਹਿ ਸਕਦੇ ਹਾਂ, ਇੱਕ ਪਾਸਪੋਰਟ ਬੜੀ ਵੱਡੀ ਸਮੱਸਿਆ ਆ ਰਹੀ ਹੈ। ਤੁਹਾਡੇ ਫਿਰ ਇਹ ਹੁੰਦਾ ਕਿ ਪਾਸਪੋਰਟ ਦੀ ਬੁਨਿਆਦ 'ਤੇ ਤੁਹਾਨੂੰ ਅੱਗੇ ਐਂਟਰੀ ਤੁਹਾਡੀ ਦਿੱਤੀ ਜਾਂਦੀ? ਪਾਸਪੋਰਟ 'ਤੇ ਹੀ ਸਾਡੀ ਐਂਟਰੀ ਹੈ। ਬਿਲਕੁਲ, ਇੱਕ ਇਹ ਸਵਾਲ ਤਾਂ ਹੈ ਕਿ ਜਿਸ ਬੰਦੇ ਕੋਲ ਪਾਸਪੋਰਟ ਨਹੀਂ ਹੈ ਉਹ ਤਾਂ ਫਿਰ ਕਰਤਾਰਪੁਰ ਕੋਰੀਡੋਰ ਜਿਹੜਾ ਲਾਂਘਾ ਖੁੱਲ੍ਹਾ ਹੈ ਉਹ ਨਹੀਂ ਇੱਥੇ ਆ ਪਾਉਂਦਾ। ਬਹੁਤ ਲੋਕ ਆਉਂਦੇ ਨੇ ਉੱਥੋਂ ਹੀ, ਰਸਤੇ 'ਚੋਂ ਹੀ ਕਈ ਵਾਪਸ ਵੀ ਚਲੇ ਜਾਂਦੇ ਨੇ ਜਿਹੜੇ ਇੱਥੇ ਪਹੁੰਚ ਨਹੀਂ ਸਕਦੇ, ਉੱਥੇ ਦੂਰਬੀਨ ਲਗਾਈ ਗਈ ਆ, ਉੱਥੋਂ ਹੀ ਮੱਥਾ ਟੇਕ ਕੇ ਚਲੇ ਜਾਂਦੇ ਨੇ, ਉੱਥੋਂ ਹੀ ਵਾਪਸ ਚਲੇ ਗਏ, ਪਾਸਪੋਰਟ ਨਾ ਹੋਣ ਦੇ ਕਾਰਨ ਉਹ ਅੱਗੇ ਨਹੀਂ ਆ ਸਕਦਾ, ਹਜ਼ਾਰਾਂ ਬੰਦਾ ਉੱਥੋਂ ਮੁੜ ਜਾਂਦਾ। ਔਰ ਇਹਦੇ ਵਿੱਚ ਦੇਖੋ ਜੀ, ਇਹਦੇ ਪਾਕਿਸਤਾਨੀ ਸਰਕਾਰ ਦੇ ਐਂਡ 'ਤੇ ਤਾਂ ਜੋ ਸੀ ਤੁਹਾਨੂੰ ਸਾਰੀਆਂ ਖੁੱਲ੍ਹਾਂ, ਤੁਹਾਨੂੰ ਸਾਰੀਆਂ ਛੁੱਟਾਂ ਉਹ ਤਾਂ ਦੇ ਦਿੱਤੀਆਂ ਗਈਆਂ। ਪਾਕਿਸਤਾਨੀ ਸਰਕਾਰ ਲਈ ਤਾਂ ਦੇਖੋ ਜੀ ਆਹ ਵਾ ਜੀ,
ਤੇ ਧੰਨਵਾਦ ਹੈ ਇਮਰਾਨ ਖਾਨ ਜੀ ਦਾ, ਸਿੱਧੂ ਜੀ ਦਾ, ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ। ਬਿਲਕੁਲ ਵੱਡਾ ਉਪਰਾਲਾ, ਲੇਕਿਨ ਅਸੀਂ ਇਹ ਵੀ ਚਾਹਵਾਂਗੇ ਕਿ ਇੰਡੀਅਨ ਸਰਕਾਰ ਵੱਲੋਂ ਵੀ ਕਿ ਉਹ ਵੀ ਇਹਦੇ ਵਿੱਚ ਸੌਖ ਪੈਦਾ ਕਰੇ, ਲੋਕਾਂ ਨੂੰ ਹੋਰ ਆਸਾਨੀਆਂ ਦੇਵੇ। ਇਹ ਜਿਸ ਮਕਸਦ ਲਈ ਹੈ, ਇਹ ਇਕੱਲਾ ਪਾਕਿਸਤਾਨ ਸ਼ਾਇਦ ਇਹਨੂੰ ਨਾ ਕਰ ਪਾਉਂਦਾ, ਇੰਡੀਅਨ ਸਰਕਾਰ ਨੇ ਉਹਦੇ ਵਿੱਚ ਬਿਲਕੁਲ ਪੋਜ਼ਿਟਿਵ ਜੈਸਚਰ ਉਸ ਟਾਈਮ ਦਿੱਤਾ ਔਰ ਇਹ ਲਾਂਘਾ ਖੁੱਲ੍ਹਿਆ। ਉਸ ਚੀਜ਼ ਨੂੰ ਅੱਗੇ ਵਧਾਉਣ ਦੀ ਲੋੜ ਹੈ, ਜਿਹੜੀਆਂ ਹੋਰ ਵਧਾਉਣਾ ਚਾਹੀਦਾ, ਉਸ ਨੂੰ ਹੋਰ ਵਧਾਉਣਾ ਚਾਹੀਦਾ। ਬਿਲਕੁਲ, ਪਾਸਪੋਰਟ ਦੀ ਪਾਬੰਦੀ ਹਟਾ ਦੇਣ, ਬਾਕੀ ਸਭ ਬਹੁਤ ਵਧੀਆ। ਬਿਲਕੁਲ, ਪਾਸਪੋਰਟ ਦੀ ਪਾਬੰਦੀ ਹਟ ਜਾਂਦੀ ਹੈ ਅਤੇ ਫਿਰ ਉਹਦੇ 'ਚ ਹਰ ਕੋਈ ਆ, ਬੜਾ ਵਧੀਆ ਕੀਤਾ ਗਿਆ। ਉੱਧਰ ਵੀ ਸਾਨੂੰ ਬੜੀ ਸਹੂਲਤ ਹੈ, ਇੱਧਰ ਵੀ ਬੜੀ ਸਹੂਲਤ ਹੈ, ਸਾਰਾ ਕੁਛ ਬਹੁਤ ਵਧੀਆ। ਇੱਕ ਪਾਸਪੋਰਟ ਦੀ ਪਾਬੰਦੀ ਹਟਾ ਦਿੱਤੀ। ਜਾਂ ਕਿ ਵੀ ਹੋ ਸਕਦਾ ਕਿ ਇੰਡੀਅਨ ਸਰਕਾਰ ਇਸ ਤਰ੍ਹਾਂ ਕਰ ਦੇਵੇ ਕਿ ਫੈਮਿਲੀ ਦੇ ਵਿੱਚ ਇੱਕ ਦਾ ਪਾਸਪੋਰਟ ਬਣਾ ਹੋਇਆ, ਉਹ ਦੂਸਰਿਆਂ ਦੀ ਇੱਕ ਤਰ੍ਹਾਂ ਦੀ ਉਹ ਗਰੰਟਰ ਉਹਨਾਂ ਦਾ ਹੋਵੇ, ਉਹ ਉਸ ਦੀ ਬੁਨਿਆਦ 'ਤੇ ਉਹ ਆ ਜਾਣ, ਬਾਕੀ ਫੈਮਿਲੀ ਵਾਲੇ ਆ ਜਾਣ। ਉਸ ਤਰ੍ਹਾਂ ਫਿਰ ਬਾਕੀਆਂ ਵਾਸਤੇ ਸਾਰਿਆਂ ਵਾਸਤੇ ਸ਼ਰਤ ਨਹੀਂ ਹੁੰਦੀ। ਬਿਲਕੁਲ, ਇਹ ਤੁਹਾਡਾ ਬੜਾ ਵਧੀਆ ਤੁਸੀਂ ਸੋਚ ਰੱਖੀ ਹੈ, ਬੜੀ ਸਹੀ ਚੀਜ਼ ਹੈ। ਅਤੇ ਕੋਈ ਆਖਰੀ ਸੁਨੇਹਾ ਜਿਹੜਾ ਦੇਣਾ ਚਾਹੋ? ਰੱਬ ਤੁਹਾਡੀ ਲੰਬੀ ਹਯਾਤੀ ਕਰੇ ਇਸ ਖਿੱਤੇ ਦੇ ਲੋਕਾਂ ਵਾਸਤੇ, ਪੰਜਾਬੀਆਂ ਵਾਸਤੇ, ਇੱਥੋਂ ਦੇ ਜਿਹੜੇ ਨਫ਼ਰਤਾਂ ਨੇ ਉਹਨਾਂ ਨੂੰ ਘਟਾਉਣ ਵਾਸਤੇ ਕੀ ਮੈਸੇਜ ਦਿਓਗੇ? ਨਹੀਂ, ਸਾਰੇ ਵੱਧ ਤੋਂ ਵੱਧ ਆਉਣਗੇ, ਨਫ਼ਰਤ ਆਪੇ ਹੀ ਘਟ ਜਾਣੀ, ਨਫ਼ਰਤ ਹੈ ਹੀ ਨਹੀਂ ਪਹਿਲੀ ਗੱਲ ਤਾਂ। ਬੜੀ ਸੋਹਣੀ ਗੱਲ ਕੀਤੀ ਕਿ ਮਿਲਣ ਨਾਲ ਹੀ ਸਾਰੀਆਂ ਨਫ਼ਰਤਾਂ ਘਟੀਆਂ, ਜਦੋਂ ਮਿਲਣਗੇ ਤਾਂ ਨਫ਼ਰਤਾਂ ਘਟ ਜਾਣਗੀਆਂ। ਚਲੋ ਜੀ, ਤੁਹਾਡਾ ਸ਼ੁਕਰੀਆ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਮਿਹਰਬਾਨੀ। ਵਾਹਿਗੁਰੂ ਸਾਹਿਬ।